ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਉਸ ਬਾਰੇ ਪਤਾ ਹੀ ਹੈ ਸਿੰਘਾਂ ਤੇ लाਠੀ ਚਾਰਜ ਵੀ ਹੋਇਆ ਸੰਗਤ ਨੂੰ ਕੋਟਿਆ ਵੀ ਗਿਆ ਜ਼ਬਰਦਸਤ ਟੱਕਰਾ ਵੀ ਹੋਇਆ ਬੈਰੀਗੇਟਿੰਗ ਵੀ ਕੀਤੀ ਗਈ ਗੱਡੀਆਂ ਤੱਕ ਵੀ ਭੰਨੀਆਂ ਗਈਆਂ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਮੌਕੇ 'ਤੇ ਕੁਝ ਤਸਵੀਰ ਜਿਹੜੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਬੇਨਤੀਆਂ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ ਸਾਰੀ ਸੰਗਤ ਨਾਲ ਜੁੜੀ ਰਹੋ ਸਾਰੇ ਜਣੇ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਸਾਰੇ ਜਣੇ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਚੰਡੀਗੜ੍ਹ ਦੇ ਵਿੱਚ ਹਾਲਾਤ ਬੜੇ ਤਣਾਅਪੂਰਨ ਬਣੇ ਹੋਏ ਨੇ ਕੱਲ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਉਹ ਵੀ ਗਏ ਸੀ ਮੋਰਚੇ ਦੇ ਵਿੱਚ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਖਾਂ ਦਾ ਨਾਰਾ ਮਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਲਈ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਹੋਰ ਵੀ ਜਿਹੜੇ ਵੀਰ ਭੈਣ ਨੇ ਹਰ ਇੱਕ ਜਿਹੜਾ ਹਕਦਾਰ ਹੈ ਉਥੇ ਜਾ ਰਿਹਾ ਜਿਹੜਾ ਉਹ ਜਦੋਂ ਵੀ ਜਿੱਤ ਹੋਈ ਉਹ ਹਰ ਕੋਈ ਉਹ ਜਿੱਤ ਦਾ ਹਕਦਦਾਰ ਹੋਊਗਾ ਉਹਨੂੰ ਹਕਦਦਾਰ ਮੰਨਿਆ ਜਾਊਗਾ ਜਿੱਤ ਦਾ ਜਿਹੜਾ ਅੱਜ ਕੋਈ ਨਾ ਕੋਈ ਸੇਵਾ ਕਰ ਰਿਹਾ ਜਾਂ ਕੋਈ ਉਪਰਾਲਾ ਕਰ ਰਿਹਾ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਸੋ ਤੁਹਾਨੂੰ ਪਤਾ ਹੈ ਕਿ ਸੂਬਾ ਸਰਕਾਰ ਨੂੰ ਵੀ ਸਵਾਲ ਨੇ ਸੈਂਟਰ ਗਵਰਨਮੈਂਟ ਨੂੰ ਵੀ ਨੇ ਭਾਵੇਂ ਕੋਈ ਹੋਰ ਹੈ ਕੋਈ ਵੀ ਸਰਕਾਰ ਦਾ ਪਿੱਠੂ ਜਾਂ ਕੋਈ ਚਮਚਾ ਆ ਹਰ ਇੱਕ ਨੂੰ ਸਵਾਲ ਨੇ ਕਿ ਸੌਦਾ ਸਾਧ ਨੂੰ ਪੈਰੋਲ ਕਿਉਂ ਹੈ? ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਕਿਉਂ ਹੈ? ਇੰਦਰਾ ਗਾਂਧੀ ਦੇ ਕਾਤਲਾਂ ਨੂੰ ਮੈਂ ਸ਼ਬਦ ਵਰਤ ਰਿਆਂ ਜੀ ਉਹਨਾਂ ਲਈ ਵੱਖਰਾ ਵਰਤੀ ਰਾ ਕਿਉਂ ਹੈ? ਹੋਰ ਤਾਂ ਹੋਰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਵਿਦਵੀਆਂ ਦਾ ਜਿਹੜੇ ਇਨਸਾਫ਼ ਮੰਗ ਰਹੇ ਨੇ ਉਹਨਾਂ ਤੇ ਗੋਲੀਆਂ ਕਿਉਂ ਲਾਠੀਆਂ ਕਿਉਂ? ਜਿਨ੍ਹਾਂ ਨੇ ਬਿਆਦਵੀਆਂ ਕਰਾਈਆਂ ਉਹਨਾਂ ਨੂੰ ਰਿਹਾਈਆਂ ਕਿਉਂ ਉਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਕਿਉਂ ਉਹਨਾਂ ਨੂੰ ਬਚਾਇਆ ਜਾ ਰਿਹਾ ਇਸ ਗੱਲ ਦੇ ਜਵਾਬ ਜ਼ਰੂਰ ਚਾਹੀਦੇ ਨੇ ਇਹ ਸਾਡੇ ਸਵਾਲ ਨਹੀਂ ਇਹਨਾਂ ਦੇ ਜਵਾਬ ਸਾਨੂੰ ਚਾਹੀਦੇ ਨੇ ਚਾਹੇ ਜਿੰਮੇ ਮਰਜੀ ਦਿਓ ਬੰਦੀ ਸਿੰਘਾਂ ਦੀਆਂ ਸਜ਼ਾਵਾ ਜਿਹੜੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ ਫਿਰ ਵੀ ਪਿਛਲੇ 8 8 9 9 ਸਾਲਾਂ ਤੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਕੀ ਕਾਰਨ ਹੈ ਜੀ ਕਿਉਂ ਨਹੀਂ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਇਹ ਸਵਾਲ ਹੈ ਜੀ ਹੋਰ ਤਾਂ ਪ੍ਰੋਬਲਮ ਵੀ ਦਿੱਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਝੂਠੇ ਸੌਦੇ ਵਾਲੇ ਨੂੰ ਪ੍ਰੋਲ ਦਿੱਤੀ ਗਈ ਸਰਸੇ ਵਾਲੇ ਬਾਬੇ ਨੂੰ ਪ੍ਰੋਲ ਦੇ ਕੇ ਬਾਹਰ ਕਰ ਦਿੱਤਾ ਗਿਆ ਕੀ ਗੱਲ ਇਹ ਵਰਤੀਰਾ ਸਾਡੇ ਨਾਲ ਹੀ ਲਾਗੂ ਹੁੰਦਾ ਸਾਨੂੰ ਹੀ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਭਾਈ ਗੁਰਬਖਸ਼ ਸਿੰਘ ਜਦੋਂ ਧਰਨੇ ਤੇ ਬੈਠੇ ਸੀ 2012 ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਉਹਨਾਂ ਨੇ ਰੱਖਿਆ ਸੀ ਉਸ ਵਕਤ ਪੀਪਲਜ਼ ਪਾਰਟੀ ਜਿਹੜੀ ਸੀ ਮਨਪ੍ਰੀਤ ਬਾਦਲ ਦੀ ਤੇ ਭਗਵੰਤ ਮਾਨ ਉਹਦੇ ਵਿੱਚ ਸ਼ਾਮਲ ਸੀ ਲਹਿਰੇ ਤੋਂ ਚੋਣ ਲੜੀ ਸੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕੇ ਲਹਿਰਾ ਉਹਦੇ ਵਿੱਚੋਂ ਚੋਣ ਲੜੀ ਸੀ ਐਮਐਲਏ ਦੀ ਹਾਰ ਗਿਆ ਸੀ ਭਗਵੰਤ ਮਾਨ ਉਸ ਵੇਲੇ ਚੋਣਾਂ ਦੇ ਦੌਰਾਨ ਜਦੋਂ ਮੋਰਚਾ ਲੱਗਿਆ ਹੋਇਆ ਸੀ ਭਾਈ ਗੁਰਵਖਤ ਸਿੰਘ ਦੇ ਕੋਲੇ ਮਰਨ ਵਰਤ ਤੇ ਪਹੁੰਚਿਆ ਸੀ ਭਗਵੰਤ ਮਾਨ ਕਹਿੰਦਾ ਸੀ ਬਹੁਤ ਮਾੜਾ ਕੰਮ ਹੈ ਸਰਕਾਰ ਬੰਦੀ ਸਿੰਘਾਂ ਨੂੰ ਰਿਹਾ ਕਰੇ ਅਗਰ ਮੈਂ ਸੱਤਾ ਦੇ ਵਿੱਚ ਆਇਆ ਤੇ ਮੈਂ ਜ਼ਰੂਰ ਉਪਰਾਲਾ ਕਰੂੰਗਾ ਉਸ ਵੇਲੇ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਠੀਕ 10 ਸਾਲ ਬਾਅਦ 2022 ਦੇ ਵਿੱਚ ਪਿਆਰਿਓ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਅੱਜ ਹੋ ਰਹੀ ਹੈ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਜਾ ਕੇ ਸਵਾਲ ਪੁੱਛਿਆ ਜਾ ਰਿਹਾ ਕਿੰਨਾ ਟਾਈਮ ਹੋ ਗਿਆ ਜੀ ਕਿੰਨਾ ਸਮਾਂ ਹੋ ਗਿਆ ਮੋਰਚਾ ਚੱਲਦੇ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਭਗਵੰਤ ਮਾਨ ਨੇ ਇੱਕ ਵਾਰੀ ਵੀ ਪੋਸਟ ਨਹੀਂ ਪਾਈ ਵੀ ਹਾਂ ਜੇ ਮੈਂ ਸੱਤਾ 'ਚ ਆ ਆਪਣੇ ਪੰਜਾਬੀਆਂ ਨਾਲ ਆਪਣੇ ਭਰਾਵਾਂ ਨਾਲ ਬੰਦੀ ਸਿੰਘਾਂ ਨਾਲ ਕੀਤਾ ਹੋਇਆ ਵਾਅਦਾ ਮੈਂ ਪੂਰਾ ਕਰੂੰਗਾ ਮੈਂ ਹਾਂ ਦਾ ਨਾਰਾ ਮਾਰਦਾ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਅੱਜ ਜਦੋਂ ਨੂੰ ਸਵਾਲ ਪੁੱਛਣ ਦੇ ਲਈ ਉਹਦੀ ਕੋਠੀ ਦੇ ਅੱਗੇ ਜਾ ਰਹੀਆਂ ਨੇ ਸੰਗਤਾਂ ਸਵਾਲ ਵੀ ਨਹੀਂ ਕੇਵਲ ਉਹਨੂੰ ਦਿਖਾਉਣ ਦੇ ਲਈ ਉਹਨੂੰ ਯਾਦ ਕਰਾਉਣ ਦੇ ਲਈ ਕਿ ਅਸੀਂ ਤੈਨੂੰ ਸਵਾਲ ਪੁੱਛਣ ਆਇਆ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਤੈਨੂੰ ਦਿਖਾਉਣ ਆਇਆ ਕਿ ਤੈਨੂੰ ਆਪਣਾ ਵਾਅਦਾ ਯਾਦ ਹੈ ਕਿ ਨਹੀਂ ਯਾਦ ਹੈ ਤੇ ਅੱਜ ਉਹਦੀ ਕੋਠੀ ਮੂਰੇ ਵੀ ਧਰਨਾ ਦਿੱਤਾ ਨਹੀਂ ਜਾਣ ਦਿੱਤਾ ਜਾ ਰਿਹਾ ਸੰਗਤ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਜੀ ਠੀਕ ਹੈ ਕੁਝ ਪ੍ਰੋਟੋਕਾਲ ਹੁੰਦੇ ਨੇ ਠੀਕ ਹੈ ਕੁਝ ਚੀਜ਼ਾਂ ਹੁੰਦੀਆਂ ਨੇ ਪਰ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਦੇ ਲਈ ਜਾਰੀ ਸੰਗਤ ਦੇ ਉੱਪਰ ਲਾਠੇ ਚਾਰਜ ਕੀਤਾ ਗਿਆ ਠੀਕ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਤੇ ਉਹ ਆਪਣੀ ਡਿਊਟੀ ਕਰੇ ਪਰ ਕੋਠੀ ਤੋਂ ਠੀਕ ਉਰਾਂ ਹੀ ਰੋਕ ਲਿਆ ਜਾਵੇ ਪਰ ਇੱਕ ਵਾਰ ਉਥੋਂ ਜਥਾ ਰਵਾਨਾ ਤੇ ਹੋਣ ਦਿੱਤਾ ਜਾਵੇ ਪਰ ਉਹ ਵੀ ਵਿਚਾਰੇ ਡਿਊਟੀ ਦੇ ਬੰਦੇ ਨੇ ਉਹ ਵੀ ਕੀ ਕਰਨ ਜਿੱਦਾਂ ਹੁਕਮ ਮਿਲਦਾ ਜੇਕਰ ਖੁਦ ਕਵੇ ਭਗਵੰਤ ਮਾਨ ਵੀ ਆਉਣ ਦਿਓ ਸਤਨਾਮ ਵਾਹਿਗੁਰੂ ਦਾ ਜਾਪ ਕਰਨਗੇ ਇਹਨਾਂ ਨੇ ਕਿਹੜਾ ਮੈਨੂੰ ਮਾਰ ਦੇਣਾ ਜਾਂ ਮੇਰੇ ਤੇ ਕੋਈ ਹਮਲਾ ਕਰ ਦੇਣਾ ਕੋਈ ਗੱਲ ਨਹੀਂ ਇਹਨਾਂ ਨੂੰ ਆਉਣ ਦਿਓ ਆ ਜਾਣਦੇ ਹੋ ਇਹ ਵੀ ਮੇਰੇ ਭਰਾ ਨੇ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਲੀਡਰ ਤੁਹਾਡੇ ਕੋਲ ਦੀ ਨੰਗ ਜਾਂਦੇ ਨੇ ਬੱਤੀਆਂ ਲਾ ਕੇ ਨੰਗ ਜਾਂਦੇ ਨੇ ਹੂਟਰ ਵਜਾ ਕੇ ਨੰਗ ਜਾਂਦੇ ਨੇ ਪਰ ਮੇਰੇ ਤੋਂ ਅਜੇ ਹੀ ਆਸ ਨਾ ਰੱਖਿਓ ਮੈਂ ਤੁਹਾਡੇ ਵਿੱਚਾਂ ਤੁਹਾਡੇ ਵਿੱਚ ਵਰਤਾਂਗਾ ਤੁਹਾਡੇ ਵਿੱਚੋਂ ਦੀ ਨਿਕਲਿਆ ਕਰਾਂਗਾ ਤੁਹਾਡੇ ਨਾਲ-ਨਾਲ ਚੱਲਿਆ ਕਰਾਂਗਾ ਪਰ ਅੱਜ ਦੇ ਚੰਡੀਗੜ੍ਹ 'ਚ ਹੀ ਬਹਿ ਗਿਆ ਪਤੰਦਰ ਜਾ ਕੇ ਚੰਡੀਗੜ੍ਹ ਤੋਂ ਹੀ ਨਿਕਲਦਾ ਹੈਗਾ ਹੁਣ ਦੱਸੋ ਜੀ ਕੀ ਕਰੀਏ ਇਹੋ ਹੀ ਕੰਮ ਸਾਡਾ ਪਿਛਲੀਆਂ ਸਰਕਾਰਾਂ ਨੇ ਕੀਤਾ ਸੁਖਬੀਰ ਸਿੰਘ ਬਾਦਲ ਵਰਗੇ ਜਦੋਂ ਡਿਪਟੀ ਸੀਐਮ ਰਹੇ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਰਹੇ ਪੰਜ ਵਾਰ ਉਹ ਬੰਦਾ ਮੁੱਖ ਮੰਤਰੀ ਰਹਿ ਗਿਆ ਜੀ ਪੰਜਾਬ ਦਾ ਪੰਜ ਵਾਰੀ ਚ ਉਹਨੇ ਕੀ ਸਵਾਰਤਾ ਜੀ ਪੰਜਾਬ ਦਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਉਹ ਅੱਜ ਕਰਦੇ ਨੇ ਤੇ ਜਦੋਂ ਗੱਲ ਕਰਨ ਵਾਲੀ ਸੀ ਉਦੋਂ ਕਬੱਡੀ ਕੱਪ ਕਰਾਉਂਦੇ ਰਹੇ ਜੀ ਉਹ ਕਹਿੰਦੇ ਜੀ 1984 ਦੇ ਸਿੰਘਾਂ ਨੂੰ ਪ੍ਰਣਾਮ ਹੈ ਜੀ ਸਾਡਾ ਨਵੰਬਰ ਦੇ ਵਿੱਚ ਉਹਨਾਂ ਨੇ ਬੜਾ ਰੌਲਾ ਪਾਇਆ ਤੇ ਜਦੋਂ ਪ੍ਰਣਾਮ ਕਰਨ ਦਾ ਵੇਲਾ ਸੀ ਉਦੋਂ ਤੁਸੀਂ ਕਬੱਡੀ ਕੱਪ ਕਰਾਉਂਦੇ ਸੀ ਬੰਬੇ ਤੋਂ ਵੱਡੇ-ਵੱਡੇ ਫਿਲਮ ਸਟਾਰਾਂ ਨੂੰ ਮਗਾਉਂਦੇ ਸੀ। ਹੋਰ ਤੇ ਹੋਰ ਚੋਣਾ ਜਿੱਤਣ ਦੇ ਲਈ ਵੀ ਇਹਨਾਂ ਨੇ ਸਣੀ ਦੇਵਲ ਵਰਗਿਆਂ ਨੂੰ ਬੁਲਾਇਆ 2014 ਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ ਕਿ ਉਸ ਵੇਲੇ ਸੁਖਦੇਵ ਸਿੰਘ ਢੀਂਡਸਾ ਦੀ ਹਮਾਇਤ ਦੇ ਵਜੋਂ ਇਹਨਾਂ ਨੇ ਸਣੀ ਦੇਵਲ ਨੂੰ ਬੁਲਾਇਆ ਸਵਾ ਕਰੋੜ ਰੁਪਇਆ ਲੱਗਿਆ ਜੀ ਇਹਨਾਂ ਤੋਂ ਉਹ 3-4 ਘੰਟੇ ਦੇ ਵਿੱਚ ਵਿੱਚ। ਹੁਣ ਦੇਖੋ ਕਿੱਡਾ ਵੱਡਾ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਗਿਆ ਹੁਣ ਮੈਂ ਦੂਜੀ ਗੱਲ ਕਰਾਂਗਾ ਦੋ ਵਾਰ ਮੁੱਖ ਮੰਤਰੀ ਰਿਆ ਕੈਪਟਨ ਅਮਰਿੰਦਰ ਸਿੰਘ ਕਦੇ ਰਿਹਾਈ ਦੀ ਗੱਲ ਕੀਤੀ ਬੰਦੀ ਸਿੰਘਾਂ ਦੇ ਨਹੀਂ ਇਹ ਸਭ ਚੋਣਾਂ ਤੋਂ ਪਹਿਲਾਂ ਸਾਨੂੰ ਸ਼ੋਸ਼ੇ ਬਾਜ਼ੀਆਂ ਦਿਖਾਉਣ ਦੇ ਲਈ ਕੀਤੇ ਜਾਂਦੇ ਨੇ ਡਰਾਮੇ ਜਦੋਂ ਇਹ ਲੋਕ ਸੱਤਾ 'ਚ ਆ ਜਾਂਦੇ ਨੇ ਫਿਰ ਸਾਡੇ ਉੱਤੇ ਇਦਾਂ ਡਾਂਗਾ ਵਰਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਜੋ ਹਾਲਾਤ ਵਾਪਰੇ ਨੇ ਅੱਜ ਵੀ ਚੱਲ ਰਹੇ ਨੇ ਜਥੇ ਰਵਾਨਾ ਹੋ ਰਹੇ ਨੇ ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਜਵਾਬ ਦੇਣ ਸੰਗਤ ਦੇ ਨਾਲ ਗੱਲਬਾਤ ਕਰਨ ਸੰਗਤ ਤੋਂ ਕਾਹਦਾ ਡਰਿਆ ਭਾਈ ਅੱਜ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਹੀ ਮੰਗ ਰਹੇ ਆ ਕੇਜਰੀਵਾਲ ਕਦੇ ਕਹਿੰਦਾ ਸੀ ਜੇ ਇਨਸਾਫ ਦੇਣ ਦੀ ਗੱਲ ਹੁੰਦੀ ਹੈ ਨਾ ਤੇ ਇਨਸਾਫ ਦਿੱਤਾ ਜਾ ਸਕਦਾ ਹੈ 24 ਘੰਟਿਆਂ ਦੇ ਅੰਦਰ ਅੰਦਰ ਤੇ ਅੱਜ ਤੇ 1 ਸਾਲ ਬੀਤ ਗਿਆ ਪਵਤੰਦਰੋ ਤੇ ਅੱਜ ਤੇ ਕੁਝ ਗੌਰ ਕਰੋ ਇਨਸਾਫ ਦੇ ਦਿਓ ਸੰਗਤ ਨੂੰ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੋ ਸੈਂਟਰ ਗਵਰਨਮੈਂਟ ਨਾਲ ਮੀਟਿੰਗ ਅਰੇਂਜ ਕਰੋ ਤੁਸੀਂ ਆਪ ਮੋਦੀ ਨੂੰ ਜਾ ਕੇ ਪੁੱਛੋ ਕਿ ਭਾਈ ਕਿਉਂ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਹੋ ਰਹੀ ਜੇ ਨਹੀਂ ਉਹ ਕਰ ਰਿਹਾ ਤੇ ਸੰਗਤ ਸਾਹਮਣੇ ਤੁਸੀਂ ਆਪ ਸੱਚੇ ਹੋਵੋ ਤੁਸੀਂ ਕਹੋ ਕਿ ਅਸੀਂ ਤੇ ਜ਼ੋਰ ਲਾ ਰਹੇ ਹਾਂ ਜੀ ਸੈਂਟਰ ਗਵਰਨਮੈਂਟ ਸਾਡੀ ਗੱਲ ਨਹੀਂ ਮੰਨ ਰਹੀ ਦੀਪ ਸਿੱਧੂ ਉਹ ਨੌਜਵਾਨ ਕਦੇ ਗੱਲ ਕਹਿੰਦਾ ਹੁੰਦਾ ਸੀ ਕਿ ਦਿੱਲੀ ਜ਼ੁਲਮ ਕਰੂਗੀ ਅਸੀਂ ਮੋਰਚੇ ਲਾਵਾਂਗੇ ਧਰਨੇ ਲਾਵਾਂਗੇ ਪਰ ਸਾਡੀ ਸੁਣਵਾਈ ਨਹੀਂ ਹੋਣੀ ਇਹਨਾਂ ਲੋਕਾਂ ਦੇ ਥਰੂ ਸਾਡੇ 'ਤੇ ਜ਼ੁਲਮ ਕਰਾਇਆ ਜਾਊਗਾ ਤੇ ਉਹੀ ਗੱਲ ਹੋ ਗਈ ਅੱਜ ਉਸ ਨੌਜਵਾਨ ਦੇ ਬੋਲ ਸੱਚੇ ਹੋ ਗਏ ਅੱਜ ਡਾਂਗਾ ਖਾਰੀਆਂ ਸੰਗਤਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਸਾਨੂੰ ਕਿਉਂ ਨਹੀਂ ਇਨਸਾਫ ਦਿੱਤਾ ਜਾ ਰਿਹਾ ਇਹ ਗੱਲ ਦਾ ਸਵਾਲ ਬਣਿਆ ਹੋਇਆ ਬੜਾ ਵੱਡਾ ਤੇ ਯਾਦ ਰੱਖਿਓ ਪੰਜਾਬ ਸਰਕਾਰ ਵਧਿਕੀਆਂ ਕਰਦੀ ਆਈ ਹੈ ਇਸੇ ਤਰ੍ਹਾਂ ਕਰਦੀ ਰਹੂਗੀ ਮੋਰਚੇ ਦੀ ਚੜ੍ਹ ਦੀ ਕਲਾ ਲਈ ਅਰਦਾਸ ਕਰੋ ਸੱਚੇ ਪਾਰਸ਼ਾ ਜਿੱਤ ਬਖਸ਼ਣਗੇ ਸਾਡੇ ਬੰਦੀ ਭਰਾ ਰਿਹਾ ਹੋਂਗੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਵਿਅਦਵੀਆਂ ਦਾ ਇਨਸਾਫ ਮਿਲੂਗਾ ਸੰਘਰਸ਼ ਕਰੇ ਤੋਂ ਬਿਨਾ ਕਦੇ ਆਜ਼ਾਦੀ ਨਹੀਂ ਮਿਲੀ ਇਹ ਸਾਡਾ ਮੋਢਲਾ ਕਦਮ ਰਿਹਾ ਸੋ ਯਾਦ ਰੱਖਿਓ ਇਤਿਹਾਸ ਨੂੰ ਛੜਦੀ ਕਲਾਲੀ ਮੋਰਚੇ ਦੇ ਅਰਦਾਸ ਕਰੋ ਆਪੋ ਆਪਣੀ ਸ਼ਰਕਤ ਕਰੋ ਪਹੁੰਚੋ ਸਾਰੇ ਜਾਣੇ ਮੁਹਾਲੀ ਦੇ ਵਿੱਚ ਸਾਰੀ ਸੰਗਤ ਦਾ ਧੰਨਵਾਦ ਸਾਰਿਆਂ ਨੂੰ ਪ੍ਰਣਾਮ ਜਿਹੜੇ ਉੱਥੇ ਬੈਠੇ ਨੇ ਜਿਹੜੇ ਸੇਵਾਵਾਂ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਤੇ ਜਿਹੜੇ ਪਹੁੰਚ ਰਹੇ ਨੇ ਸਾਰਿਆਂ ਦਾ ਧੰਨਵਾਦ ਬੜੀ ਬੇਸਬਰੀ ਦੇ ਨਾਲ ਉਡੀਕਾਂ ਸਾਰਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ